ਅੱਜ ਤੱਕ ਮੇਰੇ ਘਰ ਤੱਕ ਕੋਈ ਸਰਕਾਰ ਨਹੀਂ ਆ ਕੇ ਖੜੀ, ਕੋਈ ਰਾਜਾ ਵਿਣਗ ਨਹੀਂ ਖੜਾ ਆ ਕੇ, ਕੋਈ ਮਨਪ੍ਰੀਤ ਨਹੀਂ ਆਇਆ, ਕੋਈ ਹੋਰ ਨਹੀਂ ਆਇਆ ਗਾ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦਾ ਨੌਜਵਾਨ ਬਲਵਿੰਦਰ ਸਿੰਘ, ਜੋ ਕਿ 2008 ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਸਾਊਦੀ ਅਰਬ ਗਿਆ ਸੀ, ਜਿੱਥੇ ਕਿ ਉਹ ਮਰਡਰ ਦੇ ਕੇਸ ਵਿੱਚ ਫਸ ਗਿਆ ਸੀ। ਦੱਸ ਦਈਏ ਕਿ ਮ੍ਰਿਤਕ ਵਿਅਕਤੀ ਦੇ ਪਰਿਵਾਰ ਵੱਲੋਂ ਬਲੱਡ ਮਨੀ 1,90,00,000 ਰੁਪਏ ਦੀ ਮੰਗ ਕੀਤੀ ਗਈ ਹੈ, ਤੇ ਇਹ ਪੈਸੇ ਨਾ ਦੇਣ ਤੇ ਸਿਰ ਕਲਮ ਕਰਨ ਦੀ ਗੱਲ ਵੀ ਆਖੀ ਗਈ ਸੀ। ਇਹ ਖਬਰ ਜਦੋਂ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲੀ ਤਾਂ ਦੇਸ਼ ਵਿਦੇਸ਼ ਤੋਂ ਲੋਕ ਬਲਵਿੰਦਰ ਸਿੰਘ ਦੀ ਮਦਦ ਕਰਨ ਲਈ ਸਾਹਮਣੇ ਆਏ। ਹਾਲ ਹੀ ਵਿੱਚ ਬੈਲਜੀਅਮ ਦੇ ਪੰਜਾਬੀ ਨੌਜਵਾਨਾਂ ਵੱਲੋਂ 9,00,000 ਰੁਪਏ ਦੀ ਮਦਦ ਪਰਿਵਾਰ ਨੂੰ ਦਿੱਤੀ ਗਈ ਹੈ। ਉੱਥੇ ਹੀ ਜਦੋਂ ਬਲਵਿੰਦਰ ਸਿੰਘ ਦੀ ਮਾਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਸ ਕੋਲ ਮੌਜੂਦਾ ਸਰਕਾਰ ਦਾ ਕੋਈ ਵੀ ਵਿਅਕਤੀ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਲੀਡਰ ਆਇਆ ਹੈ। ਮਦਦ ਲਈ ਵਿਦੇਸ਼ਾਂ 'ਚ ਬੈਠੇ ਪੰਜਾਬੀ ਜਾਂ ਫਿਰ ਆਮ ਪਿੰਡਾਂ ਦੇ ਲੋਕ ਹੀ ਅੱਗੇ ਆ ਰਹੇ ਨੇ। ਇਹ ਮੇਰੇ ਭਰਾ ਭੱਜੇ ਉੱਥੋਂ, ਹਾਂ ਗੱਲ ਤਾਂ ਪੁੱਤ ਕਰਦਾ, ਇੱਕੋ ਹੀ ਕਰਦਾ ਗੱਲ ਬਸ, ਦੋ ਹੀ ਮੇਰੇ ਨਾਲ ਤਾਕ ਦਿੰਦਾ, ਮੈਂ ਠੀਕ ਹੈ ਤੂੰ ਮੈਂ ਆਦਮੀ ਠੀਕ ਹੈ, ਫਿਰ ਮੈਂ ਇੱਥੋਂ ਬੋਲਿਆ ਨਹੀਂ ਜਾਂਦਾ ਜਦੋਂ ਬੋਲਦਾ ਹੈਗਾ। ਬਸ ਪੁੱਤ ਆਹੀ ਹੋਇਆ ਵੀ 40,00,000 ਪਹਿਲਾਂ ਹੋਇਆ ਗਾ ਤੇ ਅੱਜ ਜਿਹੜੇ ਮੇਰੇ ਪੇਕੇ ਦੇ ਕੇ ਗਏ ਆ ਬਸ ਚੱਕ ਵਕਤੂ ਵਾਲੇ, ਇਹ ਹੋਈ ਹੈ 9,00,000 ਦੀ ਮੈਨੂੰ। ਹਾਂ ਬਾਕੀ ਵੀਰ ਤਰਨ ਤਾਰ ਤੋਂ ਆਏ ਉਹ ਵੀ ਨਾਲ ਹੀ ਹੈਗੇ ਇਹਨਾਂ ਦੇ, ਵੀ 9,00,000 ਦੀ ਮਦਦ ਕੀਤੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਹਨਾਂ ਨੇ। ਹਾਂ ਵੀ ਪੁੱਤ ਪੈਸੇ ਤਾਂ ਬਹੁਤ ਚਾਹੀਦੇ ਆ ਜੇ, 1,90,00,000 ਮੰਗੀ ਖੜੀ ਹੈਗੀ ਤੇ ਮੇਰੇ ਕੋਲ ਤਾਂ 90 ਪੈਸੇ ਵੀ ਨਹੀਂ ਗਏ। ਸਰਕਾਰ ਮੇਰੀ ਕੋਈ ਮਦਦ ਨਹੀਂ ਕਰਦੀ ਗੀ, ਪਿੰਡ ਵਾਲੇ ਤਾਂ ਭਾਵੇਂ ਮੇਰੀ ਮਦਦ ਕਰ ਦੇਣ, ਜਿਵੇਂ ਅੱਜ ਚੱਕ ਵਕਤੂ ਵਾਲੇ ਮੇਰੇ ਪੇਕੇ ਤੇ ਤਰਨ ਤਾਰ ਵਾਲੇ ਆਏ ਆ ਭਰਾ, ਪਿੰਡ ਵਾਲੇ ਮਦਦ ਕਰਨਗੇ, ਸਰਕਾਰ ਮੇਰੀ ਕੋਈ ਮਦਦ ਨਹੀਂ ਕਰਦੀ ਗੀ। ਜਦੋਂ ਅੱਜ ਤੱਕ 1 ਮਹੀਨਾ ਹੋ ਗਿਆ ਮੇਰੇ ਪੁੱਤ ਨੂੰ ਤੇ ਅੱਜ ਤੱਕ ਮੇਰੇ ਘਰ ਤੱਕ ਕੋਈ ਸਰਕਾਰ ਨਹੀਂ ਆ ਕੇ ਖੜੀ, ਕੋਈ ਰਾਜਾ ਵਿਣਗ ਨਹੀਂ ਖੜਾ ਆ ਕੇ, ਕੋਈ ਮਨਪ੍ਰੀਤ ਨਹੀਂ ਆਇਆ, ਕੋਈ ਹੋਰ ਨਹੀਂ ਆਇਆ ਗਾ, ਮੈਨੂੰ ਨਾਂ ਨਹੀਂ ਆਉਂਦੇ ਪੁੱਤ ਸਾਰਿਆਂ ਦੇ, ਮੇਰੀ ਹਾਂ ਕਿਸੇ ਨੇ ਬਾਤ ਨਹੀਂ ਸੁਣੀ ਆ ਕੇ। ਹੁਣ ਮੇਰੀ ਤਾਂ ਇਹੀ ਬੇਨਤੀ ਹੈ ਵੀ ਮੈਨੂੰ ਤਾਂ ਪਿੰਡਾਂ ਵਾਲੇ ਮਦਦ ਕਰਨਗੇ ਜੇ ਕੀਤੀ ਤਾਂ, ਹੋਰ ਕੋਈ ਨਹੀਂ ਕਰਦਾ। ਹਾਂ ਚਾਹੇ ਬਸ ਬਾਹਰਲੇ ਮੁੰਡੇ ਆ ਜਿਹੜੇ ਵੀ ਇੰਡਗਾ 'ਚ ਹੈ, ਇੰਗੜੈਲ 'ਚ, ਮੈਨੂੰ ਪੁੱਤ ਸਾਰਿਆਂ ਦੇ ਨਾਂ ਵੀ ਨਹੀਂ ਆਉਂਦੇ, ਉੱਥੋਂ ਸੁਣ ਕੇ ਮੇਰੇ ਭਰਾ ਉੱਥੋਂ ਭੱਜਿਆ ਗਾ ਲੈ ਕੇ ਪੈਸੇ ਇਕੱਠੇ ਕਰਕੇ, ਵੀ ਸਾਡੀ ਭੈਣ ਦਾ ਭਰਾ ਪੁੱਤ ਫਸਿਆ ਬੈਠਾ ਹੈਗਾ, ਇਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਚੱਕ ਵਕਤੂ ਵਾਲੇ ਮੁੰਡਿਆਂ ਨੇ। ਹਾਂ ਬਾਕੀ ਇਹਨਾਂ ਦੇ ਨਾਲ ਜਿਹੜੇ ਉੱਥੇ ਬਾਹਰ ਜੇ ਮੇਰੇ ਕੋਲ ਅੱਜ ਇਹ। ਹਾਂਜੀ ਮੇਰਾ ਨਾਮ ਧਰਮਿੰਦਰ ਸਿੰਘ ਜੀ, ਪਿੰਡ ਚੱਕ ਵਕਤੂ ਡਿਸਟ੍ਰਿਕਟ ਬਠਿੰਡਾ, ਨੋਰਮਲੀ ਇਸ ਟਾਈਮ ਬੈਲਜੀਅਮ 'ਚ ਰਹਿ ਰਹੇ ਹਾਂ ਜੀ। ਅਸੀਂ ਬਾਈ ਜੀ ਸੋਸ਼ਲ ਮੀਡੀਆ ਰਾਹੀਂ ਸਾਨੂੰ ਪਤਾ ਲੱਗਿਆ ਸੀ ਪਿੰਡ ਮੱਲਣ ਜੈਤੋ ਦੇ ਨੇੜੇ ਆਏ, ਇੱਥੋਂ ਦਾ ਇੱਕ ਨੌਜਵਾਨ ਸੀ ਬਲਵਿੰਦਰ ਸਿੰਘ, 12 ਸਾਲ ਪਹਿਲਾਂ ਮਤਲਬ ਸਾਊਦੀ ਅਰਬ ਗਿਆ ਸੀ ਰੋਟੀ ਦੀ ਭਾਲ ਦੇ ਵਿੱਚ, ਅਤੇ ਉੱਥੇ ਕੋਈ ਲੜਾਈ ਝਗੜਾ ਹੋਇਆ, ਕੋਈ ਮਰਡਰ ਹੋ ਗਿਆ, 7 ਸਾਲ ਪਹਿਲਾਂ ਅੱਜ ਤੋਂ ਮਤਲਬ ਜੇਲ੍ਹ ਦੇ ਵਿੱਚ ਬੰਦ ਹੈ ਉਹ ਨੌਜਵਾਨ। ਹੁਣ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਆਸ ਵੱਜੀ ਸੀ ਵੀ ਚਲੋ 7 ਸਾਲ ਹੋ ਗਏ, ਸਜ਼ਾ ਪੂਰੀ ਹੋ ਗਈ ਅਤੇ ਛੱਡ ਦੇਣਗੇ, ਚਲੋ ਘਰ ਆਪਦੇ ਮਾਂ ਪਿਓ ਕੋਲ ਆਊਗਾ ਬੱਚਾ, ਠੀਕ ਹੈ। ਉਹਦੇ ਮਤਲਬ ਕਿ ਇੱਥੇ ਸਾਨੂੰ ਘਰ ਆ ਕੇ ਪਤਾ ਲੱਗਿਆ ਡੈਡੀ ਜੀ ਦੀ ਵੀ ਪਿਛਲੇ 1.5-2 ਸਾਲਾਂ ਤੋਂ ਮਤਲਬ ਡੈਥ ਹੋ ਗਈ ਸੀ ਉਹਨਾਂ ਦੇ ਫਿਕਰ ਦੇ ਵਿੱਚ ਜੀ, ਅਤੇ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਸਾਰੀ ਸਰਚ ਕਰਕੇ ਹੌਲੀ ਹੌਲੀ ਵੀਡੀਓ ਪਾਈ, ਜਗ ਇੱਕ ਵੀਰ ਜੀ ਨੇ ਕਿਸੇ ਨੇ,
ਅਤੇ ਉਹਨਾਂ ਨੇ ਸਾਰਾ ਡਿਟੇਲ ਦੱਸੀ ਵੀ ਇੱਦਾਂ ਦਾ ਕਰਕੇ 1 ਕਰੋੜ ਤੋਂ ਉੱਤੇ ਕੁਛ ਮਤਲਬ ਕਿ ਬਲੱਡ ਮਨੀ ਉਹਨਾਂ ਨੇ ਜਿਹੜਾ ਦੂਸਰੇ ਪਰਿਵਾਰ ਨੇ ਮੰਗਿਆ ਇਹਨਾਂ ਤੋਂ ਜਿਨ੍ਹਾਂ ਦੇ ਲੜਕੇ ਦੀ ਡੈਥ ਹੋਈ ਸੀ। ਅਸੀਂ ਬਾਈ ਜੀ ਬੈਲਜੀਅਮ ਤੋਂ ਸਾਡੇ 20-25 ਮਤਲਬ ਕਿ ਜਿਹੜੇ ਖਾਸ ਫਰੈਂਡ ਹੈ ਅਸੀਂ ਇੱਕ ਵਟਸਐਪ ਗਰੁੱਪ ਬਣਾਇਆ ਆਪਦਾ, ਉਹਦੇ ਵਿੱਚ ਉਹਨਾਂ ਨੂੰ ਅਨਾਊਂਸ ਕੀਤਾ ਸੀ। 3-4 ਦਿਨਾਂ ਦੇ ਵਿੱਚ ਹੀ ਮਤਲਬ ਕਿ 9 ਲੱਖ ਰੁਪਈਆ ਅਸੀਂ ਇਕੱਠਾ ਕਰਕੇ ਮਤਲਬ ਕਿ ਲੈ ਕੇ ਆਏ ਹਾਂ। ਮੇਰੇ ਨਾਲ ਬਾਜ ਸਿੰਘ ਜੀ ਅੰਮ੍ਰਿਤਸਰ ਤੋਂ ਤਰਨ ਤਾਰਨ ਤੋਂ ਉਹ ਆਏ ਹੋਏ ਆ ਖਾਸ ਤੌਰ 'ਤੇ ਬੈਲਜੀਅਮ ਤੋਂ ਹੀ, ਅਤੇ ਅਸੀਂ ਮਾਤਾ ਜੀ ਨੂੰ ਮਤਲਬ ਕਿ ਚੈੱਕ ਬਣਾ ਕੇ ਦਿੱਤਾ ਲੋਕਾਂ ਨੂੰ। ਹਾਂਜੀ ਇਹੀ ਹੈ, ਸਾਰੇ ਭੈਣ ਭਾਈਆਂ ਨੂੰ ਅਪੀਲ ਹੈ ਵੀ ਚਲੋ ਆਪਣੇ ਬੱਚੇ ਸਭ ਦੇ ਜਾਂਦੇ, ਅਸੀਂ ਵੀ ਇਸੇ ਰੋਟੀ ਪਾਣੀ ਵਾਸਤੇ ਬਾਹਰ ਗਏ ਹੋਏ ਸੀ, ਅਤੇ ਕੋਸ਼ਿਸ਼ ਕਰਨ ਵੀ ਵੱਧ ਤੋਂ ਵੱਧ ਕੋਈ 1000, ਕੋਈ 2000, ਕੋਈ 5000 ਜਿੰਨਾ ਵੀ ਹੋ ਸਕਦਾ। ਇਹ ਬਜ਼ੁਰਗ ਮਾਤਾ ਵਿਚਾਰੇ ਰੋ ਰਹੇ ਆ ਸਭ ਨੇ, ਆਪਾਂ ਦੇਖ ਹੀ ਲਿਆ ਹੁਣ, ਅਤੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਅਤੇ ਉਹ ਵੀਰ ਨੂੰ ਛੇਤੀ ਤੋਂ ਛੇਤੀ ਮਤਲਬ ਕਿ ਰਿਹਾਈ ਮਿਲੇ ਅਤੇ ਉਹਦਾ ਜੋ ਵੀ ਹੈ ਸਿਸਟਮ ਉੱਥੋਂ ਉਹਦਾ ਖਹਿੜਾ ਛੁੱਟੇ ਜੇਲ੍ਹ ਦੇ ਵਿੱਚੋਂ। ਜੀ ਪਰਮਜੀਤ ਸਿੰਘ ਜੀ, ਸਾਨੂੰ ਸਾਡੇ ਛੋਟੇ ਵੀਰ ਬਾਜ ਸਿੰਘ ਬੈਲਜੀਅਮ ਤੋਂ ਜਦੋਂ ਆਏ ਮੈਰਿਜ ਪਾਰਟੀ, ਉੱਥੇ ਫਿਰ ਇਹਨਾਂ ਨੂੰ ਫੈਸਲਾ ਹੋਇਆ ਅਤੇ ਉੱਥੋਂ ਕਲੈਕਸ਼ਨ ਕਰਕੇ ਫਿਰ ਇਹਨਾਂ ਨੇ ਇਹਨਾਂ ਦਾ ਸਾਰੀ ਜਿਹੜੀ ਉਹ ਪੈਸੇ ਜਿਹੜੇ ਦਿੱਤੇ। ਫਿਰ ਇਹਨਾਂ ਦੇ ਪ੍ਰੋਗਰਾਮ ਧਰਮਿੰਦਰ ਸਿੰਘ ਦੇ ਨਾਲ ਪੂਰਾ ਕਰਕੇ ਅਤੇ ਫਿਰ ਇੱਥੇ ਇਹ ਪਿੰਡ ਇਹਨਾਂ ਦੀ ਮਾਤਾ ਨੂੰ ਚੈੱਕ ਦੇਣ ਵਾਸਤੇ ਆਏ। 9 ਲੱਖ ਦੀ ਅਮਾਊਂਟ ਆ ਅਤੇ ਬੈਲਜੀਅਮ ਦੇ ਲੋਕਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ। ਹਾਲਾਤ ਬਹੁਤ ਮਾੜੇ ਆ ਜੀ, ਹਾਲਾਤ ਦੇਸੀ ਰਹੇ ਘਰ ਦੇ ਵੀ ਹਾਲਾਤ ਮਾੜੇ। ਹੁਣ ਪਤਾ ਲੱਗਾ ਵਾ ਕਿ ਇਹਨਾਂ ਦੇ ਜਿਹੜੇ ਫਾਦਰ ਆ ਉਹਨਾਂ ਦੀ ਡੈਥ ਹੋ ਗਈ ਆ ਅਤੇ ਮਾਤਾ ਵੀ ਬਹੁਤ ਬਜ਼ੁਰਗ ਨੇ। ਇਸ ਕਰਕੇ ਮੇਰੀ ਤਾਂ ਇੱਕੋ ਅਪੀਲ ਆ ਸਾਰੇ ਜਿਹੜੇ NRI ਭਰਾ ਵਾ, ਇਹ ਵੱਧ ਤੋਂ ਵੱਧ ਜਿਹੜਾ ਵਾ ਇਹਨਾਂ ਨੂੰ ਇਹਨਾਂ ਦੀ ਹੈਲਪ ਕਰਨ ਤਾਂ ਕਿ ਇਹਨਾਂ ਦਾ ਜਿਹੜਾ ਬੱਚਾ ਵਾ ਉਹ ਘਰ ਵਾਪਸ ਆ ਜਾਏ। ਵੇਖੋ ਜੀ ਇੱਥੇ ਜਿਹੜੀ ਹੈ ਨਾ, ਜਿਹੜੇ ਲੋਕ ਜਾਂਦੇ ਉੱਥੇ ਆਪਣੇ ਇੱਥੋਂ ਦੀ ਹਾਲਤ ਇੰਨੀ ਵਧੀਆ ਨਹੀਂ ਹੈਗੀ, ਬਾਹਰਲੇ ਕੰਟਰੀਆਂ ਜਾ ਕੇ ਸਖ਼ਤ ਮਿਹਨਤ ਦਾ ਮੁੱਲ ਮਿਲਦਾ, ਉਹਦਾ ਕਰਕੇ ਫਿਰ ਜਿਹੜੇ ਲੋਕ ਆ ਉਹ ਜਿਹੜੇ ਬਾਹਰਲੇ ਕੰਟਰੀਆਂ 'ਚ ਜਾਂਦੇ ਆ, ਉੱਥੇ ਮਿਹਨਤ ਦਾ ਵੀ ਮੁੱਲ ਮਿਲਦਾ, ਚੰਗੀਆਂ ਨੌਕਰੀਆਂ ਵੈਲ ਸੈਟਲਡ ਹੋ ਜਾਂਦੇ ਆ, ਇੱਥੇ ਉਨੀ ਸਹੂਲਤ ਨਹੀਂ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਖੁਸ਼ਬੀਰ ਸਿੱਧੂ ਹੈ, ਮੈਂ ਆਲ ਇੰਡੀਆ ਰੇਡੀਓ FM ਬਠਿੰਡਾ ਦੇ ਵਿੱਚ ਪਿਛਲੇ 9 ਵਰ੍ਹਿਆਂ ਤੋਂ ਕੰਮ ਕਰ ਰਹੀ ਹਾਂ। ਅੱਜ ਮੈਂ ਮਾਤਾ ਮਨਜੀਤ ਕੌਰ ਜੀ, ਮਾਵਾਂ ਸਾਂਝੀਆਂ ਹੁੰਦੀਆਂ ਨੇ, ਪਹੁੰਚੀ ਹੋਈ ਹਾਂ ਕਿਉਂਕਿ ਬਲਵਿੰਦਰ ਸਿੰਘ ਬਾਈ ਜੀ ਸਾਡੇ, ਜਿਨ੍ਹਾਂ ਦੀ ਵੀਡੀਓ ਕਿਸੇ 5 ਤਰੀਕ ਤੋਂ ਮੈਂ ਇਹ ਕਹਿ ਲਵਾਂ ਵੀ ਵਾਇਰਲ ਹੋ ਰਹੀ ਹੈ, ਕਿਉਂਕਿ ਘਰਦਿਆਂ ਨੂੰ ਵੀ 5 ਦਸੰਬਰ 2019 ਨੂੰ ਹੀ ਪਤਾ ਚੱਲਿਆ ਸੀ ਕਿ ਉਹਨਾਂ ਦਾ ਬੇਟਾ ਸਮੱਸਿਆ ਦੇ ਵਿੱਚ ਹੈ। ਉਹਨਾਂ ਨੇ ਕਿਸੇ ਨੂੰ ਮਦਦ ਦੇ ਲਈ ਕਿਹਾ, ਫਿਰ ਤੁਹਾਨੂੰ ਪਤਾ ਹੀ ਹੈ ਵੀ ਸਿੱਖ ਕੌਮ ਹੈ ਜਿਹੜੀ, ਉਹ ਫਰਕ ਤਾਂ ਕਰ ਨਹੀਂ ਸਕਦੀ ਕਿਉਂਕਿ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਆਸ਼ੀਰਵਾਦ ਹੈ। ਤਾਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਬੈਲਜੀਅਮ ਜਿਹੜਾ ਮੁਲਕ ਹੈ, ਮੇਰੇ ਵੀਰ ਨੇ ਉਹਨਾਂ ਨੇ ਇੱਕ ਵਟਸਐਪ ਗਰੁੱਪ ਬਣਾਇਆ ਜਿਸ ਦੇ ਵਿੱਚ ਮੈਨੂੰ ਵੀ ਐਡ ਕੀਤਾ। ਤਾਂ ਮੈਂ ਜਦੋਂ ਦੇਖਿਆ ਮੈਂ ਕਿਹਾ ਵੀ ਇਹ ਸੰਸੀਅਰ ਲੋਕ ਨੇ, ਹੈ ਨਾ, ਇਮਾਨਦਾਰ ਨੇ, ਕੰਮ ਕਰਦੇ ਨੇ, ਮਿਹਨਤੀ ਹੈ, ਇਉਂ ਫਾਲਤੂ ਜਿਹਾ ਗਰੁੱਪ ਤਾਂ ਬਣਾਉਣਗੇ ਨਹੀਂ, ਨਾ ਸਾਡੇ ਕੋਲ ਇੰਨਾ ਵਕਤ ਹੁੰਦਾ। ਜਦੋਂ ਮੈਂ ਗਰੁੱਪ ਚੈੱਕ ਕੀਤਾ ਤਾਂ ਉੱਥੇ ਬਲਵਿੰਦਰ ਸਿੰਘ ਸਾਊਦੀ ਅਰਬੀਆ ਨਾਮ 'ਤੇ ਹੀ ਗਰੁੱਪ ਬਣਾਇਆ ਗਿਆ ਸੀ ਕਿ ਉਸ ਵੀਰ ਦੀ ਮਦਦ ਕੀਤੀ ਜਾਵੇ ਵੀ ਉਹ ਸਮੱਸਿਆ ਦੇ ਵਿੱਚ ਹੈ। ਬਾਕੀ ਤੁਹਾਨੂੰ ਡਿਟੇਲ ਸਾਰਿਆਂ ਨੂੰ ਹੀ ਪਤਾ ਕਿ ਮਨੀ ਹੈ ਜਿਹੜਾ ਉਹ ਕਿੰਨਾ ਡਿਮਾਂਡ ਕੀਤਾ ਗਿਆ ਸੀ, 1 ਕਰੋੜ 90 ਲੱਖ ਰੁਪਇਆ, ਬਹੁਤ ਵੱਡੀ ਅਮਾਊਂਟ ਲੱਗਦੀ ਆ।
ਪਰ ਜਦੋਂ ਸਾਰੇ ਸਿੱਖ ਔਰ ਮਿਹਨਤੀ ਇਕੱਠੇ ਹੋ ਜਾਣ ਫਿਰ ਮੇਰੇ ਖਿਆਲ 'ਚ ਇਹ ਅਮਾਊਂਟ ਕੋਈ ਬਾਹਲੀ ਨਹੀਂ ਹੈਗੀ। ਇਹਨਾਂ ਨੇ 3-4 ਦਿਨਾਂ ਦੇ ਵਿੱਚ 9 ਲੱਖ ਰੁਪਇਆ ਆਪਦੇ ਬੱਚਿਆਂ ਦੇ ਮੂੰਹਾਂ 'ਚੋਂ ਕੱਢ ਕੇ ਆਪਣੀ ਮਾਂ ਦੇ ਚਰਨਾਂ ਦੇ ਵਿੱਚ ਰੱਖਿਆ ਅਤੇ ਉਸਦੇ ਲਈ ਇਹ ਇੰਡੀਆ ਆਏ ਨੇ। ਔਰ ਇੱਥੇ ਦੇਖੋ, ਆਪਣੇ ਲਈ ਤਾਂ ਅਸੀਂ ਬਹੁਤ ਕੁਛ ਕਰ ਲੈਂਦੇ ਹਾਂ, ਮੈਂ ਆਪਦੇ ਬੱਚੇ ਲਈ ਬਹੁਤ ਬੇਨਤੀਆਂ ਕਰ ਸਕਦੀ ਹਾਂ ਤੁਹਾਨੂੰ, ਪਰ ਮੈਂ ਅੱਜ ਆਪਣੀ ਮਾਂ ਲਈ ਕਰ ਰਹੀ ਹਾਂ ਕਿਉਂਕਿ ਮਾਵਾਂ ਸਾਂਝੀਆਂ ਨੇ। ਤੁਹਾਨੂੰ ਕੋਈ ਫਰਕ ਨਹੀਂ ਪੈਣਾ, ਤੁਸੀਂ ਲੱਖਾਂ ਮੇਰੇ ਲਿਸਨਰਸ ਹੋ ਬਠਿੰਡਾ ਦੇ, ਮੇਰੇ ਖਿਆਲ 'ਚ ਨਾਲ ਲੱਗਦੇ ਇਲਾਕੇ ਦੇ, ਹਰਿਆਣੇ ਦੇ, ਜੇਕਰ ਤੁਸੀਂ ਸਾਰੇ ਚਾਹੋ 10-10, 20-20, 100-100, 200-100, 2000 ਜਿੰਨਾ ਕੁ ਪੁੱਗਦਾ ਸਾਰੇ ਜਾਣੇ ਇਕੱਠਾ ਕਰੋ, ਆਪਾਂ ਵੀ ਮਾਤਾ ਦੀ ਹੈਲਪ ਕਰੀਏ ਕਿਉਂਕਿ ਅਸੀਂ ਤਾਂ ਇੱਕ ਵਾਰੀ ਇਹਨਾਂ ਨਾਲ ਜੁੜ ਕੇ ਪਹੁੰਚ ਚੁੱਕੇ ਹਾਂ। ਇੱਥੇ 9 ਲੱਖ ਰੁਪਇਆ ਜਿਹੜਾ ਉਹ ਦੇ ਦਿੱਤਾ, ਪਰ 1,90,00,000 ਰੁਪਇਆ ਜਦੋਂ ਤੱਕ ਫਾਈਨਲ ਉਹ ਕੋਈ ਡਿਮਾਂਡ ਕਰਦੇ ਨੇ ਉਦੋਂ ਤੱਕ ਆਪਾਂ ਵੱਧ ਤੋਂ ਵੱਧ ਪੈਸਾ ਇਕੱਠਾ ਕਰਕੇ ਦੇ ਦਈਏ, ਕੋਈ ਗੱਲ ਨਹੀਂ। ਵੱਧ ਗਿਆ ਤਾਂ ਕਿਸੇ ਹੋਰ ਚੰਗੇ ਕੰਮ ਲੱਗ ਜੂਗਾ। ਅਤੇ ਯਾਦ ਰੱਖਿਓ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਵੰਡ ਕੇ ਛਕੋ। ਇਹ ਬੇਸ਼ੱਕ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ, ਪਰ ਹਮਦਰਦੀ ਹਮੇਸ਼ਾ NRIs ਹੀ ਪਹਿਲਾਂ ਕਰਦੇ ਨੇ। ਇੱਥੇ ਵੀ ਸਾਡੇ ਵੱਡੇ ਬਜ਼ੁਰਗ ਹੈਗੇ ਨੇ, ਪਰ ਕੋਸ਼ਿਸ਼ ਕਰੋ ਕਿ ਸਮੇਂ ਰਹਿੰਦੇ ਮਦਦ ਹੋ ਜੇ। ਹਰ ਘਰ ਦੇ ਵਿੱਚ ਮਾਂ ਹੈ ਜਿਹੜੀ, ਉਹ ਪੁੱਤ ਨੂੰ ਸ਼ਾਮ ਨੂੰ ਉਡੀਕਦੀ ਹੈ, ਪਰ ਇਹ ਮਾਂ 12 ਸਾਲਾਂ ਤੋਂ ਉਡੀਕ ਰਹੀ ਆ, ਹੈ ਨਾ, ਅੱਖ 'ਚ ਪਾਣੀ ਆਉਂਦਾ। ਔਰ ਪਿੱਛੋਂ ਉਸ ਬਲਵਿੰਦਰ ਸਿੰਘ ਮੇਰੇ ਵੀਰ ਦਾ ਪਿਤਾ ਵੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਅਤੇ ਮੋਢਾ ਵੀ ਨਹੀਂ ਮਿਲਿਆ ਉਸਦੇ ਬਾਪ ਨੂੰ, ਉਸ ਪੁੱਤ ਦਾ। ਪਰ ਤੁਸੀਂ ਚਾਹੋਗੇ ਵੀ ਇਹ ਜਿਹੜੀ ਮਾਂ ਹੈ ਤੁਹਾਡੇ ਤੱਕ ਮਦਦ ਦੀ ਗੁਹਾਰ ਕਰ ਰਹੀ ਹੈ, ਤੁਸੀਂ ਇਸ ਦੀ ਮਦਦ ਨਾ ਕਰੋ। ਕੋਈ ਗੱਲ ਨਹੀਂ, ਆਪਦੀ ਮਾਂ ਨੂੰ ਐਤਕੀ 1 ਕੋਟੀ ਘੱਟ ਲੈ ਦਿਓ, ਨਾ 2 ਦਿਨ ਦੀ ਰੋਟੀ ਵੀ ਖਾਓਗੇ ਤਾਂ ਵੀ ਸਰ ਜੂਗਾ, ਪਰ ਆਪਾਂ ਇੱਥੇ ਹੈਲਪ ਜ਼ਰੂਰ ਸਮੇਂ ਸਿਰ ਪਲੀਜ਼ ਲੈ ਕੇ ਆਈਏ, ਮੇਰੀ ਬੇਨਤੀ ਹੋਈ ਹੈ। ਤੁਸੀਂ ਸਾਰੇ ਮੇਰੇ ਵੀਰ ਹੋ, ਮਾਵਾਂ ਹੋ, ਭੈਣ ਹੋ, ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਇਸ ਧਰਤੀ 'ਤੇ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੀਰਵਾਦ ਦੇ ਨਾਲ ਮਦਦ ਕਰਨ ਪਹੁੰਚੀਏ, ਪਲੀਜ਼ ਸਮੇਂ ਸਿਰ ਮਦਦ ਕਰ ਦਿਓ। ਅੱਜ 4 ਤਰੀਕ ਹੈ, 4 ਜਨਵਰੀ 2020 ਹੈ, ਜਦੋਂ ਤੱਕ ਕੋਈ ਫੈਸਲਾ ਆਵੇ ਇਹਨਾਂ ਦੀ ਮਦਦ ਜ਼ਰੂਰ ਕਰੋ ਜਿੰਨੀ ਵੀ ਹੋ ਸਕਦੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਮੇਰਾ ਨਾਮ ਇੰਦਰਜੀਤ ਸਿੰਘ ਹੈ, ਮੈਂ ਪਿੰਡ ਮੱਲਣ ਤੋਂ ਬਿਲੋਂਗ ਕਰਦਾ। ਇਹ ਮੇਰੇ ਪਿੰਡ ਦੀ ਘਟਨਾ ਜੀ, ਮੇਰੇ ਪਿੰਡ ਤੋਂ ਸਾਡੇ ਬਾਈ ਲੱਗਦਾ ਇਹ ਬਲਵਿੰਦਰ ਸਿੰਘ, ਜੋ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ 2008 ਦੇ ਵਿੱਚ ਸਾਊਦੀ ਅਰਬ ਦੇ ਵਿੱਚ ਗਿਆ ਸੀ ਅਤੇ ਉੱਥੇ ਟਰੱਕ ਡਰਾਈਵਰੀ ਦੇ ਵਿੱਚ ਕੰਮ ਕਰਦਾ ਸੀ। ਅਤੇ ਇਹ ਜਿਹੜੀ ਮਿਸਹੈਪਨਿੰਗ ਹੋਈ ਆ, ਉਹ ਕਿਸੇ ਦੀ ਹੈਲਪ ਦੇ ਲਈ ਗਿਆ ਸੀ ਉਸ ਵਰਕਸ਼ਾਪ ਦੇ ਵਿੱਚ, ਕੰਪਨੀ ਦੇ ਵਿੱਚ, ਇਹ ਜੋ ਮਰਡਰ ਦਾ ਕੇਸ ਪਿਆ ਉਹਦੇ 'ਤੇ, ਕਿਸੇ ਦੀ ਹੈਲਪ ਲਈ ਗਿਆ ਸੀ ਅਤੇ ਉੱਥੇ ਸਭ ਕੁਛ ਹੋਇਆ। ਅਤੇ ਪਰਿਵਾਰ ਦੇ ਵਿੱਚ ਸਾਡੇ ਪਿੰਡ ਇਸਦੀ ਮਾਤਾ ਜੀ ਹੈ ਅਤੇ ਵੱਡਾ ਭਰਾ, ਅਤੇ ਇਹਦੇ ਫਾਦਰ ਸਾਹਿਬ ਲਗਾਤਾਰ 1.5 ਸਾਲ ਪਹਿਲਾਂ ਉਹਦੀ ਡੈਥ ਹੋ ਗਈ ਉਹਨਾਂ ਦੀ, ਪਹਿਲਾਂ 1.5 ਸਾਲ ਉਹ ਮੰਜੇ 'ਤੇ ਰਹੇ ਆ, ਉਹਨਾਂ ਦਾ ਚੂਲਾ ਟੁੱਟ ਗਿਆ ਸੀ। ਅਤੇ ਮਾਤਾ ਜੀ ਬਹੁਤ ਹੀ ਓਲਡ ਏਜ ਦੇ ਵਿੱਚ ਹੈ, ਅਤੇ ਬ੍ਰਦਰ ਵੀ ਇੱਕ ਛੋਟੀ ਜਿਹੀ ਡਰਾਈਵਰੀ ਦਾ ਕੰਮ ਕਰਦਾ ਜਿੱਥੇ ਆਪਦੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਆ, ਅਤੇ ਹੋਰ ਯਾਨੀ ਕਿ ਇਹਨਾਂ ਦੇ ਕੋਲ ਕੋਈ ਫਾਈਨੈਂਸ਼ਲੀ ਸਟਰੋਂਗ ਸੋਰਸ ਨਹੀਂ ਹੈ। ਜਿਸ ਦਿਨ ਤੋਂ ਗੱਲ ਸ਼ੁਰੂ ਹੋਈ ਹੈ ਬਲਵਿੰਦਰ ਦੀ, ਇਸ ਤਰ੍ਹਾਂ ਆਈ ਹੈ, ਉਸ ਤੋਂ ਬਾਅਦ ਕਿੰਨੀ ਕੁ ਮਦਦ ਹੋਣੀ ਸ਼ੁਰੂ ਹੋ ਗਈ ਹੈ? ਉਧਰੇ ਦਸੰਬਰ ਮਹੀਨੇ ਦੇ ਵਿੱਚ ਹੀ ਯਾਨੀ ਕਿ ਕਲੀਅਰਲੀ ਮਾਤਾ ਜੀ ਨੂੰ ਪਤਾ ਲੱਗਿਆ, ਉਸ ਤੋਂ ਬਾਅਦ ਸਾਨੂੰ ਪਿੰਡ ਦੇ ਵਿੱਚ ਪਤਾ ਲੱਗਿਆ ਵੀ ਇਹ ਉੱਥੇ ਗੱਲ ਹੋਈ ਹੈ, ਵੀ ਉਹਦੀ ਜੋ ਵਿਕਟਿਮ ਸੀ ਉਹਨਾਂ ਦੀ ਘਰਵਾਲੀ ਨੇ ਬਲੱਡ ਮਨੀ ਦੀ ਮੰਗ ਕੀਤੀ ਹੋਈ ਆ, ਜੋ 1,90,00,000 ਦੇ ਕਰੀਬ ਕਰੀਬ ਹੈ। ਅਤੇ ਉਸ ਤੋਂ ਬਾਅਦ ਮਾਤਾ ਜੀ ਨੂੰ ਪਤਾ ਲੱਗਾ, ਉਹਨੇ ਸਾਨੂੰ ਦੱਸਿਆ ਵੀ ਇਹ ਗੱਲ ਹੈ, ਤਾਂ ਸਾਰੇ ਅਸੀਂ ਹੈਲਪ ਕਰਨ ਲਈ ਤਿਆਰ ਹੋਏ, ਤੁਹਾਨੂੰ ਸੋਸ਼ਲ ਮੀਡੀਆ 'ਤੇ ਅਸੀਂ ਗੁਹਾਰ ਲਾਈ ਹੈ। ਅਤੇ ਕਾਫੀ NGOs ਬੋਲੇ ਆ, ਪਰ ਉਹਨਾਂ ਨੇ ਕੋਈ ਹਜੇ ਤੱਕ ਕਲੀਅਰਲੀ ਐਫਰਟ ਨਹੀਂ ਕੀਤੀ ਗੀ, ਜਸਟ ਯਾਨੀ ਕਿ ਸਿੰਗਲ ਪਰਸਨ ਇੰਡੀਵਿਜੁਅਲ ਤੌਰ 'ਤੇ ਉਹ ਮਦਦ ਕਰ ਰਹੇ ਆ। ਅਤੇ ਅੱਜ 4 ਤਰੀਕ ਨੂੰ ਇੱਕ ਬੈਲਜੀਅਮ ਤੋਂ ਆਪਣੀ ਸਿੱਖ ਸੰਗਤ ਆ, ਜੋ ਉਹਨਾਂ ਦਾ ਇੱਕ ਵਟਸਐਪ ਗਰੁੱਪ ਸੀ, ਜੋ ਮਦਦ ਲੈ ਕੇ ਖਾਸ ਪਿੰਡ ਪਹੁੰਚੇ ਹੋਏ ਆ, ਉਹਨਾਂ ਨੇ ਮਾਤਾ ਜੀ ਨੂੰ 90 ਲੱਖ ਦੇ ਕਰੀਬ ਕਰੀਬ ਮਦਦ, ਯਾਨੀ 9 ਲੱਖ ਰੁਪਈਆ ਮਦਦ ਦੇ ਤੌਰ 'ਤੇ, ਚੈੱਕ ਦੇ ਤੌਰ 'ਤੇ ਭੇਟ ਕਰ ਦਿੱਤਾ। ਅਤੇ ਹੋਰ ਵੀ ਉਹ ਕਹਿੰਦੇ ਅਸੀਂ ਐਫਰਟ ਕਰ ਰਹੇ ਹਾਂ, ਬਾਕੀ
ਕੋਈ ਹੋਰ ਕਲੀਅਰਲੀ ਯਾਨੀ ਕਿ ਕੋਈ ਐਨ ਜੀ ਓ ਜਾਂ ਵੈਲਫੇਅਰ ਸੋਸਾਇਟੀ ਨੇ ਹਜੇ ਤੀਕ ਮਦਦ ਨਹੀਂ ਕੀਤੀ? ਹਾਂਜੀ, ਇਸ ਤੋਂ ਪਹਿਲਾਂ ਜੋ ਮਾਤਾ ਦੇ ਅਕਾਊਂਟ ਵਿੱਚ ਅੱਜ ਦੇ ਤੌਰ 'ਤੇ ਜੋ ਸਟੇਟਸ ਆ 45 ਲੱਖ ਦੇ ਕਰੀਬ ਸ਼ੋਅ ਹੋ ਰਿਹਾ, ਯਾਨੀ ਕਿ ਸਿੰਗਲ ਬੰਦਿਆਂ ਨੇ ਜੋ ਇੰਡੀਵਿਜੁਅਲ ਤੌਰ 'ਤੇ ਮਦਦ ਕਰਤੀ ਹੈ ਅਤੇ ਬਾਕੀ ਕੰਟੀਨਿਊ ਚੱਲ ਰਿਹਾ ਪ੍ਰੋਸੈਸ ਇਹ। ਅਸੀਂ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਹਾਂ ਵੀ ਸਾਰਿਆਂ ਦੇ ਭਾਈਚਾਰੇ ਨਾਲ ਹੀ ਇਹ ਗੱਲ ਹੋਣੀ ਹੈ, ਯਾਨੀ ਕਿ ਜੇ ਤੁਸੀਂ ਕੁਛ ਵੀ ਥੋੜ੍ਹੇ ਤੋਂ ਥੋੜ੍ਹਾ ਵੀ ਮਦਦ ਕਰੋਗੇ ਤਾਂ ਮਾਤਾ ਜੀ ਤੋਂ ਪਤਾ ਉਹ ਉਸ ਦੇ ਲਈ ਪੈਸਾ ਪੂਰਾ ਹੋ ਜਾਏਗਾ ਜੋ ਉਹਨਾਂ ਦੀ ਮੰਗ ਹੈ, ਅਤੇ ਆਪਾਂ ਉਹ ਦੇ ਕੇ ਉਹ ਇੱਕ ਆਪਣੇ ਪੰਜਾਬੀ ਭਾਈ ਨੂੰ ਜਾਂ ਮਾਤਾ ਜੀ ਦੇ ਪੁੱਤ ਨੂੰ ਆਪਾਂ ਇੰਡੀਆ ਵਾਪਸ ਲਿਆ ਸਕਦੇ ਹਾਂ। ਜੋ ਮਦਦ ਕਰ ਰਹੇ ਉਹਨਾਂ ਦਾ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਕਰ ਦਿੱਤੀ ਉਹਨਾਂ ਦਾ ਬਹੁਤ ਧੰਨਵਾਦ ਹੈ, ਅਤੇ ਅਪੀਲ ਇਹੀ ਹੈ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਸਾਰਿਆਂ ਨਾਲ ਇਕੱਠਾ ਹੋ ਕੇ ਆਪਣੇ ਲਈ ਕੋਈ ਵੱਡੀ ਗੱਲ ਨਹੀਂ ਬਣਦੀ ਇਹ, ਤਾਂ ਆਪਾਂ ਇੱਕ ਬੰਦੇ ਨੂੰ ਆਪਣੇ ਪੰਜਾਬੀ ਭਾਈ ਨੂੰ ਬਚਾ ਸਕਦੇ ਹਾਂ। ਹਾਂਜੀ ਵੀਰ, ਉੱਥੇ ਆਪਣੇ ਇੰਡੀਅਨ ਕੌਂਸਲ ਦੇ ਵਿੱਚ ਹੀ ਹੈ, ਜੋ ਆਪਣੇ ਪ੍ਰਾਈਵੇਟ ਤੌਰ 'ਤੇ ਇੱਕ ਵਲੰਟੀਅਰ ਤੌਰ 'ਤੇ ਕੇਸ ਲੜ ਰਿਹਾ ਮੁਹੰਮਦ ਯਕੂਬ ਖਾਨ, ਉਸਨੇ ਸਾਊਦੀ ਦੇ ਵਿੱਚ ਕੋਈ ਕ੍ਰਿਮੀਨਲ ਕੋਰਟ ਦਾ ਜੋ ਵਕੀਲ ਆ ਉਹ ਸਾਊਦੀ ਅਰਬੀ ਦੇ ਭਾਸ਼ਾ ਦੇ ਵਿੱਚ ਜੋ ਕੇਸ ਲੜਦਾ ਉਹ ਕੀਤਾ ਹੋਇਆ ਉਹਨੇ, ਆਪਾਂ ਉਹਨਾਂ ਨੂੰ ਪੂਰੀ ਉਹਦੀ ਫੀਸ ਦਿੱਤੀ ਹੋਈ ਹੈ। ਉਹਨੇ ਪਹਿਲਾਂ ਕਿਹਾ ਸੀ, ਪਹਿਲਾਂ ਤਾਂ ਉਹਨਾਂ ਦਾ ਕਲੀਅਰ ਕੱਟ ਸੀਗਾ ਵੀ ਜਾਂ ਤਾਂ 1 ਮਹੀਨੇ ਦੇ ਵਿੱਚ ਪੈਸੇ ਭਰੋ, ਨਹੀਂ ਅਸੀਂ ਇਹ ਗੱਲ ਕਰਾਂਗੇ ਵੀ ਸਿਰ ਕਲਮ ਕਰਾਂਗੇ। ਫਿਰ ਉਹਨੇ ਅਪੀਲ ਦਾਇਰ ਕੀਤੀ ਹੈ ਅਤੇ ਉਹਨੂੰ ਟਾਈਮ ਮਿਲਿਆ। ਹੁਣ ਉਹਨੇ ਕਿਹਾ ਸੀ ਵੀ ਉਹ ਥੋੜ੍ਹੀ ਇਹ ਜੋ ਵਿਕਟਮ ਆ ਉਹ ਮਿਸਰ ਦੇ ਆ, ਇਜਿਪਟ ਤੋਂ ਆ, ਅਫਰੀਕਾ ਮਹਾਂਦੀਪ ਤੋਂ, ਅਤੇ ਉਹ ਕਹਿ ਰਹੇ ਤੁਹਾਨੂੰ ਥੋੜ੍ਹੀ ਦਿੱਕਤ ਆ ਰਹੀ ਹੈ ਵੀ ਹੁਣ ਤੱਕ ਉਹਨਾਂ ਦੀ ਮੀਟਿੰਗ ਨਹੀਂ ਕਲੀਅਰ ਹੋ ਰਹੀ ਉਹਨਾਂ ਨਾਲ, ਵੀ ਜੇ ਮੀਟਿੰਗ ਫਾਈਨਲ ਹੁੰਦੀ ਹੈ ਤਾਂ ਉਹ ਉਹਨਾਂ ਦੀ ਘਰਵਾਲੀ ਨੂੰ ਬੁਲਾਉਣਗੇ ਅਤੇ ਉਹ ਫੇਸ ਟੂ ਫੇਸ ਗੱਲ ਹੋ ਜਾਣੀ ਹੈ, ਫਿਰ ਕੋਈ ਗੱਲ ਕਲੀਅਰ ਹੋਏਗੀ। ਵੈਸੇ ਕੋਰਟ ਦੇ ਵਿੱਚ ਆਪਾਂ ਨੂੰ ਪਰਮਿਸ਼ਨ ਮਿਲੀ ਹੋਈ ਹੈ ਵੀ ਆਪਣੇ ਕੋਲ ਟਾਈਮ ਹੈ ਕੁਛ ਵੀ ਜਿਸ ਦੇ ਵਿੱਚ ਆਪਾਂ ਗੱਲ ਕਲੀਅਰ ਕਰਨੀ ਉਹਨਾਂ ਨਾਲ, ਉਹੀ ਦੌਰ ਚੱਲ ਰਿਹਾ ਹੁਣ, 1 ਮਹੀਨੇ ਦੇ ਕਰੀਬ ਸਮਾਂ ਲੰਘ ਚੁੱਕਾ ਅਤੇ ਕੁਛ ਹੁਣ 2 ਮਹੀਨੇ ਦਾ ਟਾਈਮ ਆਪਣੇ ਕੋਲ ਆ, ਉਸ ਦੇ ਵਿੱਚ ਹੀ ਆਪਾਂ ਮਦਦ ਕਰਨੀ ਹੈ ਸਾਰਿਆਂ ਨੇ, ਅਤੇ ਜੇ ਉੱਥੇ ਪੋਸੀਬਲ ਹੁੰਦਾ ਤਾਂ ਛੇਤੀ ਯਾਨੀ ਕਿ ਗੱਲ ਹੋ ਜਾਣੀ ਉਹਨਾਂ ਨਾਲ। ਰੰਗਲਾ ਟੀਵੀ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਟੋਡੇ ਦੀ ਰਿਪੋਰਟ।